ਦੇ ਤਹਿਤ ਦਿੱਤਾ ਜਾਏਗਾ। ਮੇਰਾ ਖਿਆਲ ਹੈ ਕਿ ਵੇਖੋ ਨੁਕਸਾਨ ਜਿਹੜਾ ਹੋ ਗਿਆ ਉਹਦੀ ਕਦੀ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ, ਔਰ ਸਰਕਾਰ ਜਿਹੜੀ ਹੈ ਉਹ ਹਰ ਇੱਕ ਚੀਜ਼ ਨੂੰ ਇਸ ਚੀਜ਼ ਨੂੰ ਵੇਖਦੀ ਹੈ ਕਿ ਕਮ ਸੇ ਕਮ ਉਹਨਾਂ ਨੂੰ ਇੰਨਾ ਕੁ ਮੁਆਵਜ਼ਾ ਮਿਲ ਜਾਵੇ ਤਾਂ ਜੋ ਕਿ ਆਉਣ ਵਾਲੀ ਫਸਲ ਆ ਉਹਦੇ ਵਾਸਤੇ ਉਹਨਾਂ ਦੀਆਂ ਖੇਤੀ ਇਨਪੁਟਸ ਨੇ ਜਾਂ ਕੋਈ ਹੋਰ ਲੋੜਾਂ ਨੇ।